ਨਵੀਂ ਸਰਕਾਰ ਆਈ ਦਾ ਜ਼ਿਕਰ ਵੀ ਤੁਸੀਂ ਕਥਾ ਦੇ ਵਿੱਚ ਕੀਤਾ, ਪਰ ਇਹ ਵਾਅਦੇ ਕਰਕੇ ਹੋਂਦ ਵਿੱਚ ਆਈ ਵੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ, ਪਰ ਅੱਜ ਜੇ ਪਾਣੀ ਦੀ ਗੱਲ ਕਰਦੇ ਉੱਪਰਲੇ ਦਰਿਆਵਾਂ ਦੇ ਪਾਣੀ ਦੀ ਵੇਖ ਲਈਏ ਅਤੇ ਹੇਠਲੇ ਪਾਣੀ ਦੀ ਹੈ ਅਤੇ ਗੰਧਲੇ ਸ਼ਾਹ ਕਾਲੇ ਹੋ ਗਏ, ਕਿਹੜੇ ਰੰਗਲੇ ਪੰਜਾਬ ਦੀ ਗੱਲ? ਹਰ ਇੱਕ ਸਰਕਾਰ ਜਿਹੜੀ ਆ ਜਦੋਂ ਵੀ ਉਹ ਆਪਣਾ ਸੱਤਾ 'ਚ ਆਉਂਦੀ ਆ ਤੋ ਇਹੋ ਸਾਨੂੰ ਰਾਜ ਦਿੰਦੀ ਆ ਕਿ ਅਸੀਂ ਪੰਜਾਬ ਨੂੰ ਖੂਬਸੂਰਤ ਬਣਾ ਦਾਂਗੇ, ਇਹ ਨਸ਼ਿਆਂ ਦੀ ਦਲਦਲ 'ਚੋਂ ਉਹਨਾਂ ਕੋਲ ਨਹੀਂ ਕੱਢਿਆ ਗਿਆ, ਅਸੀਂ ਕੱਢਾਂਗੇ। ਉਦੋਂ ਇਲੈਕਸ਼ਨ ਜਦੋਂ ਸੀ ਉਦੋਂ ਇਹਨਾਂ ਦਾ ਰੂਪ ਹੋਰ ਸੀ, ਹੁਣ ਹੋਰ ਵਾ। ਦੇਖੋ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਹਾਂ, ਮੈਂ ਕਿਸੇ ਇੱਕ ਸਰਕਾਰ ਦੀ ਤਰੀਫ ਕਰਾਂ ਦੂਜੇ ਦੇ ਵਿਰੋਧ 'ਚ ਬੋਲਾਂ, ਮੈਂ ਤਾਂ ਗੱਲ ਕਹੀ ਸੀ ਹੁਣੇ ਬੋਲ ਕੇ ਵੀ ਆਇਆ ਵੀ ਸਰਕਾਰਾਂ ਨੂੰ ਇੱਕ ਨੰਬਰ ਦੀ ਮੋਟੀ ਕਮਾਈ ਨਸ਼ਿਆਂ ਤੋਂ ਕਿਉਂ ਬੰਦ ਕਰਨਗੀਆਂ। ਮੈਂ ਧਰਨੇ ਦੀ ਗੱਲ ਹੁਣੇ ਕਰਕੇ ਹਾਂ ਵੀ ਅਸੀਂ ਸਿਰਫ ਧਰਨੇ ਲਾਉਣ ਲਈ ਬਣੇ ਹਾਂ, ਕਦੀ ਯਾਰ ਅਸੀਂ ਉੱਥੋਂ ਉੱਠਦੇ ਹਾਂ ਅਤੇ ਉੱਥੇ ਜਾ ਕੇ ਬਹਿ ਜਾਂਦੇ ਹਾਂ। ਲੋਕ ਕੋਈ ਕੰਮ ਕਰ ਰਿਹਾ ਅਸੀਂ ਕਿਹੜੇ ਕੰਮਾਂ 'ਚ, ਮਤਲਬ ਕਿਉਂ ਕਰ ਰਹੇ ਹਾਂ ਅਸੀਂ, ਕਈ ਸੋਚ ਕੇ ਵੇਖੋ, ਸਾਨੂੰ ਉਲਝਾਇਆ ਗਿਆ। ਹੁਣ ਕਈ ਪੁਲਿਸ ਅਫਸਰ ਆ ਸਾਡੇ ਮਿੱਤਰ ਜਾਣਦੇ, ਉਹਦੇ ਉਹਦੇ ਸਰਵਿਸ ਆ, ਸਾਡਾ ਦਿਲ ਕਰਦਾ ਅਸੀਂ ਬੰਦੇ ਰਾਤੋਂ ਰਾਤ ਫੜ ਲਈਏ, ਆਂਦਾ ਪ੍ਰੋਬਲਮ ਇਹ ਆ ਵੀ ਪਤਾ ਨਹੀਂ ਕਿਹਦਾ ਮਗਰੋਂ ਫੋਨ ਆ ਜਾਣਾ। ਅਤੇ ਇੱਕ ਆਮ ਪਾਰਟੀ ਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਕਿ ਜਿਹੜੇ ਜਿਹੜੇ ਅਗਲਿਆਂ ਨੇ ਵੱਡੇ ਵੱਡੇ ਥੰਮ ਸੁੱਟਤੇ ਆ ਨਾ, ਤੁਸੀਂ ਤਾਂ ਕਿਸੇ ਬਾਗ ਦੀ ਮੂਲੀ ਆ ਨਹੀਂ, ਤੁਹਾਨੂੰ ਅਗਲਿਆਂ ਨੂੰ ਸੁੱਟਣਾ ਬਹੁਤ ਸੌਖਾ ਵਾ, ਕਿਉਂਕਿ ਇੱਦਾਂ ਅੰਗੂਠਾ ਹੀ ਨੱਪਣਾ ਵਾ। ਇਹ ਹੱਥਾਂ ਦੀਆਂ ਗੰਢਾਂ ਮੂੰਹ ਨਾਲ ਖੁੱਲਣੀਆਂ ਪੈ ਰਹੀਆਂ ਸਾਨੂੰ ਅੱਜ, ਕਿ ਸ਼ੁਕਰ ਆ ਵੀ ਫਿਰ ਵੀ ਸਾਡੇ ਕੋਈ ਵੀਰ ਜਾਗਿਆ ਵੀ ਅਸੀਂ ਇਹ ਜ਼ਹਿਰ ਵਾਲੀਆਂ ਫੈਕਟਰੀਆਂ ਬੰਦ ਕਰਾਉਣ ਦੇ ਵਿਰੁੱਧ ਜੰਗ ਛੇੜ ਰਹੇ ਹਾਂ। ਵੀ ਗੁਰਮੀਤ ਰਾਮ ਰੀ ਬਾਰੇ ਆਪਾਂ ਨੂੰ ਸਾਰਾ ਪਤਾ ਵਾ ਵੀ ਸਰਕਾਰਾਂ ਦੇ ਪੈਦਾ ਕੀਤੇ ਹੋਏ ਆ, ਜਿੰਨਾ ਤੱਕ ਸਰਕਾਰ ਨੂੰ ਉਹਦੀ ਲੋੜ ਸੀ ਉਹਨਾਂ ਵਰਤਿਆ, ਜਦੋਂ ਲੱਗਾ ਵੀ ਹੁਣ ਮਾੜੀ ਜੀ ਫੰਨ ਵਿਖਾਉਣ ਲੱਗਾ ਚੁੱਕੇ ਗਲੇ ਜੇ ਵੀ ਸੁੱਟਤਾ, ਜਦੋਂ ਲੋੜ ਆ ਫਿਰ ਬਾਹਰ ਕੱਢ ਲੈਣਗੇ। ਉੱਥੇ ਆਪਾਂ ਨੂੰ ਜੇ ਆਪਣਾ ਗੱਲ ਫੇਰਿਆ ਵੀ ਇਹ ਡੇਰੇ ਖੋਲ੍ਹਦੇ ਵੀ ਰਹਿਣੇ ਆ, ਘਰਾਂ 'ਚ ਆ ਕੇ ਤੁਸੀਂ ਉਹਨਾਂ ਦਾ ਧਰਮ ਪਰਿਵਰਤਨ ਕਰ ਰਹੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਵੇਖੋ ਪਹਿਲੀ ਗੱਲ ਤਾਂ ਮੈਂ ਹੁਣੇ ਬੋਲ ਕੇ ਆਇਆ ਵਾਂ ਕਿ ਜਿਹੜਾ ਬੰਦਾ ਲਾਲਚਵਸ ਹੋ ਕੇ ਕਹਿੰਦਾ ਨਾ ਜੀ ਮੈਂ ਮੈਨੂੰ ਉੱਥੋਂ ਆਹ ਮਿਲਿਆ, ਮੇਰੇ ਗੋਡੇ ਠੀਕ ਹੋਏ, ਮੇਰੇ ਮੋਢੇ ਠੀਕ ਹੋਏ, ਮੇਰੀ ਅੱਖਾਂ ਦਾ ਓਪਰੇਸ਼ਨ ਫ੍ਰੀ ਕਰਤਾ, ਮੈਨੂੰ ਉਹਨਾਂ ਵਰਦੀਆਂ ਲੈਤੀਆਂ, ਮੈਨੂੰ ਸਕੂਲ ਦੀ ਫੀਸ ਦੇਤੀ, ਮੇਰਾ ਇਲਾਜ ਕਰਾਤਾ, ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਜੇ ਕ੍ਰਿਸਚਨ ਉਹ ਪਖੰਡ ਕਰਦੇ ਆ, ਪਾਸਟਰ ਨਕਲੀ ਪਖੰਡ ਕਰਦੇ ਆ, ਅਤੇ ਜਿਹੜੇ ਆਪਣੇ ਬਾਬੇ ਡੇਰੇ ਇਹ ਪਖੰਡ ਕਰਦੇ, ਇੱਧਰ ਵੀ ਧਿਆਨ ਦੇਈਏ। ਮੇਰੀ ਇਹ ਜ਼ਰੂਰ ਤੁਹਾਡੇ ਮੀਡੀਆ ਦੀ ਬੇਨਤੀ ਆ ਵੀ ਜੇ ਕ੍ਰਿਸਚਨਾਂ ਦੇ ਪਾਸਟਰਾਂ ਦੀ ਤੁਹਾਨੂੰ ਪਖੰਡ ਦਿਸਦਾ ਵਾ ਅਤੇ ਆਪਣੇ ਬਾਬੇ ਪਾਥੀਆਂ ਤੋਂ ਮੁੰਡੇ ਦਿੰਦੇ ਆ, ਬਾਬੇ ਠਾਕੁਰ ਸਿੰਘ ਵਰਗੇ ਜਿਹੜੇ ਪਟਿਆਲੇ ਦਾ ਬਾਬਾ ਪ੍ਰਚਾਰਕ ਹੈ ਠਾਕੁਰ ਸਿੰਘ, ਉਹ ਕਹਿੰਦਾ ਵੀ ਬਾਬਾ ਜਰਨੈਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੁਪਨੇ 'ਚ ਕਹਿੰਦੇ ਆ ਕਿ ਜਰਨੈਲ ਸਿੰਘ ਜੇ ਤੂੰ ਚਾਹੁੰਦਾ ਦੁਨੀਆ 'ਤੇ ਟਕਸਾਲ ਦਾ ਨਾਮ ਹੋ ਜਾ, ਤੈਨੂੰ ਅਕਾਲ ਤਖ਼ਤ 'ਤੇ ਅਟੈਕ ਕਰਵਾਉਣਾ ਪੈਣਾ ਵਾ। ਹਾਂਜੀ, ਉੱਧਰ ਕਿਉਂ ਨਹੀਂ ਧਿਆਨ ਜਾਂਦਾ? ਕਦੀ ਕਿਸੇ ਨੇ ਉਹਦਾ ਖੰਡਨ ਕੀਤਾ ਵੀ ਇਹ ਤੁਸੀਂ ਐਡੀਆਂ ਐਡੀਆਂ ਗੱਲਾਂ ਤੁਸੀਂ ਕਿਉਂ ਬੋਲਦੇ ਜੇ, ਕਿਉਂ ਮਨਮਤਾਂ ਕਰਦੇ ਜੇ? ਖੁਦ ਕ੍ਰਿਸਚਨ ਵੀ ਆਪ ਕਹਿ ਚੁੱਕੇ ਆ ਵੀ ਇਹ ਨਕਲੀ ਪਾਸਟਰਾਂ ਦਾ ਅਸੀਂ ਵਿਰੋਧ ਕਰਦੇ ਹਾਂ ਵੀ ਇਹ ਜਿਹੜੀਆਂ ਕਰਾਮਾਤਾਂ ਵਿਖਾਉਂਦੇ, ਪਰ ਉਹਨਾਂ ਨਾਲੋਂ ਵੱਧ ਕਰਾਮਾਤਾਂ ਸਾਡੇ ਪੰਜਾਬ 'ਚ ਸਾਹ ਦਿਖਾਈ ਜਾਂਦੇ ਆ, ਜਿਹੜੇ ਕਹਿੰਦੇ ਜੀ ਇੱਥੇ ਕੁੱਤੀ ਸੀ ਸਾਹ ਸੰਗਤ ਜੀ, ਇਹ ਇੰਗਲੈਂਡ ਦੀ ਮਹਾਰਾਣੀ ਮੁੜ ਕੇ ਬਣੀ, ਇਹਨਾਂ ਬਾਬਿਆਂ ਬਾਰੇ ਕੋਈ ਨਹੀਂ ਬੋਲਦਾ, ਮੂੰਹ ਨੂੰ ਲੌਕ ਲੱਗ ਜਾਂਦਾ ਸਾਡਾ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮੱਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਆਪ ਜੀ ਨੂੰ ਪਤਾ, ਅਸੀਂ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਾਂ, ਔਰ ਸ਼ਰਾਬ ਦੀ ਫੈਕਟਰੀ ਦਾ ਮੁੱਦਾ ਅੱਜ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲਿਆ ਹੋਇਆ ਹੈ। ਇਹ ਸਾਂਝਾ ਮੋਰਚਾ ਦੇ ਵਿੱਚ ਰੋਜ਼ ਸਮਾਜ ਸੇਵੀ ਜਾਂ ਕੋਈ ਸੈਲੀਬ੍ਰਿਟੀ ਜਾਂ ਕੋਈ ਪੰਥਕ ਵਿਦਵਾਨ ਆਪਣੀ ਹਾਜ਼ਰੀ ਲਵਾਉਂਦੇ ਨੇ। ਅੱਜ ਸਾਡੇ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ ਨੇ ਹਾਜ਼ਰੀ ਭਰੀ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਨਵੀਂ ਸਰਕਾਰ ਆਈ ਦਾ ਜ਼ਿਕਰ ਵੀ ਤੁਸੀਂ ਕਥਾ ਦੇ ਵਿੱਚ ਕੀਤਾ, ਪਰ ਇਹ ਵਾਅਦੇ ਕਰਕੇ ਹੋਂਦ ਵਿੱਚ ਆਈ ਵੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ, ਪਰ ਅੱਜ ਜੇ ਪਾਣੀ ਦੀ ਗੱਲ ਕਰਦੇ ਉੱਪਰਲੇ ਦਰਿਆਵਾਂ ਦੇ ਪਾਣੀ ਦੀ ਵੇਖ ਲਈਏ ਅਤੇ ਹੇਠਲੇ ਪਾਣੀ ਦੀ ਹੈ ਅਤੇ ਗੰਧਲੇ ਸ਼ਾਹ ਕਾਲੇ ਹੋ ਗਏ, ਕਿਹੜੇ ਰੰਗਲੇ ਪੰਜਾਬ ਦੀ ਗੱਲ ਸੀ ਉਹ? ਦੇਖੋ, ਪਹਿਲੀ ਗੱਲ ਤਾਂ ਹੈ ਵੀ ਇਹ ਕੱਲ੍ਹ ਇਸੇ ਸਰਕਾਰ ਦੀ ਗੱਲ ਨਹੀਂ ਹੈਗੀ, ਇਸ ਤੋਂ ਪਹਿਲਾਂ ਭਾਵੇਂ ਆਪਾਂ ਅਕਾਲੀਆਂ ਦੀ ਗੱਲ ਕਰੀਏ, ਕਾਂਗਰਸ ਦੀ ਕਰੀਏ, ਹਰ ਇੱਕ ਸਰਕਾਰ ਜਿਹੜੀ ਆ ਜਦੋਂ ਵੀ ਉਹ ਆਪਣਾ ਸੱਤਾ 'ਚ ਆਉਂਦੀ ਆ ਜੀ ਤੋ ਇਹੋ ਸਾਨੂੰ ਰਾਜ ਦਿੰਦੀ ਆ ਕਿ ਅਸੀਂ ਪੰਜਾਬ ਨੂੰ ਖੂਬਸੂਰਤ ਬਣਾ ਦਾਂਗੇ, ਇਹ ਨਸ਼ਿਆਂ ਦੀ ਦਲਦਲ 'ਚੋਂ ਉਹਨਾਂ ਕੋਲ ਨਹੀਂ ਕੱਢਿਆ ਗਿਆ, ਅਸੀਂ ਕੱਢਾਂਗੇ। ਲਗਾਤਾਰ ਅਕਾਲੀ 10 ਸਾਲ ਰਹੇ ਜਦੋਂ ਕਾਂਗਰਸ ਸਰਕਾਰ ਨੇ ਆਉਣਾ ਸੀ ਜੀ, ਉਹ ਤੋਂ ਪਹਿਲਾਂ ਕੈਪਟਨ ਨੇ ਹੱਥ ਵਿੱਚ ਗੁਟਕਾ ਲੈ ਕੇ ਗੁਰਬਾਣੀ ਦੀ ਪੋਥੀ ਲੈ ਕੇ ਸਹੁੰ ਖਾਧੀ ਕਿ ਮੈਂ 10 ਦਿਨਾਂ 'ਚ ਨਸ਼ੇ ਨੂੰ ਠੱਲ ਪਾ ਦਾਂਗੇ। ਚਲੋ, ਇਹ ਵੀ ਸਰਕਾਰ ਆਈ, ਉਹ ਤੋਂ ਬਾਅਦ ਆਮ ਪਾਰਟੀ ਸਰਕਾਰ ਨੇ ਕਿਹਾ ਵੀ ਅਸੀਂ ਸਾਨੂੰ ਟਾਈਮ ਦਿਓ, ਅਸੀਂ ਇਹਨੂੰ ਬੰਨ ਪਾ ਦਾਂਗੇ, ਪਰ ਤੁਸੀਂ ਵੇਖ ਲਓ ਹੁਣ ਕਿੰਨਾ ਟਾਈਮ ਹੋ ਚੁੱਕਾ ਵਾ ਜੀ।
ਮੈਨੂੰ ਲੱਗਦਾ ਨਸ਼ਾ ਘਟਣ ਦੀ ਬਜਾਏ ਸਗੋਂ ਵਧਿਆ ਵਾ। ਉਹ ਕਹਿੰਦੇ ਨਸ਼ੇ ਦਾ ਮੁੱਦਾ ਹੀ ਨਹੀਂ ਆਇਆ ਹੁਣ ਜੇ ਆਪਾਂ ਗੱਲ ਕਰੀਏ, ਕਿਉਂਕਿ ਉਹਦਾ ਕਾਰਨ ਇਹ ਆ ਕਿ ਵੇਖੋ ਨਸ਼ੇ ਜਿਹੜੇ ਆ ਨਹੀਂ ਇਹ ਹੁਣ ਗੱਲ ਤਾਂ ਇਹੋ ਆ ਨਾ ਵੀ ਉਦੋਂ ਇਲੈਕਸ਼ਨ ਜਦੋਂ ਸੀ ਉਦੋਂ ਇਹਨਾਂ ਦਾ ਰੂਪ ਹੋਰ ਸੀ, ਹੁਣ ਹੋਰ ਵਾ। ਵੇਖੋ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਆ, ਮੈਂ ਕਿਸੇ ਇੱਕ ਸਰਕਾਰ ਦੀ ਤਾਰੀਫ ਕਰਾਂ ਦੂਜੇ ਦੇ ਵਿਰੋਧ 'ਚ ਬੋਲਾਂ, ਮੈਂ ਤਾਂ ਗੱਲ ਕਹੀ ਸੀ ਹੁਣੇ ਬੋਲ ਕੇ ਵੀ ਆਇਆ ਵੀ ਸਰਕਾਰਾਂ ਨੂੰ ਇੱਕ ਨੰਬਰ ਦੀ ਮੋਟੀ ਕਮਾਈ ਨਸ਼ਿਆਂ ਤੋਂ ਕਿਉਂ ਬੰਦ ਕਰਨਗੀਆਂ। ਉਹ ਵੇਖੋ ਜੇ ਉਹਨਾਂ ਨੂੰ ਪਤਾ ਵੀ ਜਦੋਂ ਤੱਕ ਇਹ ਲੋਕ ਜਿਵੇਂ ਆਪਾਂ ਕਹਿੰਦੇ ਹਾਂ ਵੀ ਅੰਨਿਆਂ 'ਚ ਕਾਣਾ ਰਾਜਾ ਜੀ, ਜਦੋਂ ਇਹ ਲੋਕ ਸਜਾਖੇ ਹੋ ਗਏ ਫਿਰ ਅਸੀਂ ਤਾਂ ਮਿੰਟੋ ਮਿੰਟ ਹੀ ਕਾਣਿਆਂ ਨੂੰ ਪਛਾਣ ਲੈਣਾ ਵੀ ਤੁਸੀਂ ਇੱਥੇ ਕਾਣੇ ਜੇ ਜੀ। ਅਗਲਿਆਂ ਨੂੰ ਪਤਾ ਵੀ ਜੇ ਬੰਦੇ ਨਸ਼ਿਆਂ ਕਰਕੇ ਨਸ਼ਿਆਂ ਦੇ ਗਲਤਾਨ ਹੋ ਕੇ ਸਾਨੂੰ ਸੱਤਾ 'ਚ ਲਿਆ ਰਿਹਾ, ਅਸੀਂ ਇਹਨਾਂ ਨੂੰ ਲੋਕਾਂ ਨੂੰ ਕਿਉਂ ਸੋਫੀ ਬਣਾਈਏ, ਕਿਉਂ ਅਸੀਂ ਨਸ਼ਿਆਂ ਤੋਂ ਸਸਤੀ ਕੀਤੀ ਆਉਂਦੇ? ਵੇਖੋ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ। ਵੇਖੋ ਜਿਹੜੇ ਬੰਦਿਆਂ ਨੂੰ ਪਤਾ ਜੇ ਅਸੀਂ ਸੋਫੀ ਹੋਵਾਂਗੇ ਅਸੀਂ ਨਸ਼ੇ ਨਾ ਕਰਦੇ ਹੋਵਾਂਗੇ ਸਾਡੀਆਂ ਮੰਗਾਂ ਹੋਰ ਹੋਣਗੀਆਂ। ਹੁਣ ਵੇਖੋ ਅਸੀਂ ਮੈਂ ਧਰਨੇ ਦੀ ਗੱਲ ਹੁਣੇ ਕਰਕੇ ਹਾਂ ਵੀ ਅਸੀਂ ਸਿਰਫ ਧਰਨੇ ਲਾਉਣ ਲਈ ਬਣੇ ਹਾਂ? ਕਦੀ ਯਾਰ ਅਸੀਂ ਉੱਥੋਂ ਉੱਠਦੇ ਹਾਂ ਅਤੇ ਉੱਥੇ ਜਾ ਕੇ ਬਹਿ ਜਾਂਦੇ ਹਾਂ? ਲੋਕ ਕੋਈ ਕੰਮ ਕਰ ਰਹੇ ਅਸੀਂ ਕਿਹੜੇ ਕੰਮਾਂ 'ਚ ਮਤਲਬ ਕਿਉਂ ਕਰ ਰਹੇ ਹਾਂ? ਅਸੀਂ ਕਈ ਸੋਚ ਕੇ ਵੇਖੋ, ਸਾਨੂੰ ਉਲਝਾਇਆ ਗਿਆ, ਇਹ ਹੱਥਾਂ ਨਾਲ ਦੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈ ਰਹੀਆਂ ਸਾਨੂੰ ਅੱਜ ਕਿ ਸ਼ੁਕਰ ਆ ਵੀ ਫਿਰ ਵੀ ਸਾਡੇ ਕੋਈ ਵੀਰ ਜਾਗਿਆ ਵੀ ਅਸੀਂ ਇਹ ਜ਼ਹਿਰ ਵਾਲੀਆਂ ਫੈਕਟਰੀਆਂ ਬੰਦ ਕਰਾਉਣ ਦੇ ਵਿਰੁੱਧ ਜੰਗ ਛੇੜ ਰਹੇ ਹਾਂ ਵੀ ਇੱਥੇ ਹੁਣ ਜਿਹੜਾ ਕੋਈ ਬੋਰ ਕਰਾ ਰਿਹਾ ਗੰਦਾ ਪਾਣੀ ਨਿਕਲ ਰਿਹਾ, ਹਵਾ ਪਾਣੀ ਸਾਫ਼ ਨਹੀਂ ਹੈਗਾ, ਅਸੀਂ ਆਪਣੀਆਂ ਪੀੜ੍ਹੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਤੁਸੀਂ ਵੇਖੋ ਵੀ ਕੀ ਦੇ ਕੇ ਜਾਵਾਂਗੇ। ਸ਼ੁਕਰ ਆ ਫਿਰ ਵੀ ਮੈਂ ਤਾਂ ਇਹ ਮੰਨਦਾ ਵੀ ਆਪਾਂ ਜਿੰਨਾ ਕੁ ਬਚਿਆ ਜੇ ਕੋਈ ਜਾਗ ਰਿਹਾ, ਪਰ ਜੇ ਤੁਸੀਂ ਸਰਕਾਰਾਂ ਤੋਂ ਆਸ ਲਾਓ ਇਹਨਾਂ ਨੇ ਤੁਹਾਨੂੰ ਨਸ਼ੇ ਤੋਂ ਰਹਿਤ ਨਹੀਂ ਕਰਨਾ, ਕਿਉਂਕਿ ਉਹਦਾ ਕਾਰਨ ਆ, ਕਿਉਂਕਿ ਇਹਨਾਂ ਨੂੰ ਇਲੈਕਸ਼ਨ ਫੰਡ ਹੀ ਸਭ ਤੋਂ ਵੱਡੇ ਮੋਟੇ ਇੱਥੋਂ ਮਿਲਦੇ ਆ। ਹੁਣ ਕਈ ਪੁਲਿਸ ਅਫਸਰ ਆ ਸਾਡੇ ਮਿੱਤਰ ਜਾਣਦੇ, ਉਹਦੇ ਸਰਵਿਸ ਸਾਡਾ ਦਿਲ ਕਰਦਾ ਅਸੀਂ ਬੰਦੇ ਰਾਤੋਂ ਰਾਤ ਫੜ ਲਈਏ, ਆਉਂਦਾ ਪ੍ਰੋਬਲਮ ਇਹ ਆ ਵੀ ਪਤਾ ਨਹੀਂ ਕਿਹਦਾ ਮਗਰੋਂ ਫੋਨ ਆ ਜਾਣਾ। ਅੱਛਾ ਜੇ ਡਰ ਅਕਾਲੀਆਂ ਅਤੇ ਕਾਂਗਰਸ ਵੇਲੇ ਸੀ ਅਤੇ ਜੇ ਅੱਜ ਵੀ ਇਹੋ ਡਰ ਵਾ ਤਾਂ ਇੱਕ ਆਮ ਪਾਰਟੀ ਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਕਿ ਜਿਹੜੇ ਜਿਹੜੇ ਅਗਲਿਆਂ ਨੇ ਵੱਡੇ ਵੱਡੇ ਥੰਮ ਸੁੱਟਤੇ ਆ ਨਾ, ਤੁਸੀਂ ਤਾਂ ਕਿਸੇ ਬਾਗ ਦੀ ਮੂਲੀ ਆ ਨਹੀਂ, ਤੁਹਾਨੂੰ ਅਗਲਿਆਂ ਨੂੰ ਸੁੱਟਣਾ ਬਹੁਤ ਸੌਖਾ ਵਾ, ਕਿਉਂਕਿ ਇੱਦਾਂ ਅੰਗੂਠਾ ਹੀ ਨੱਪਣਾ ਵਾ। ਹੁਣ ਤਾਂ ਅੱਜ ਕੱਲ੍ਹ ਤਾਂ ਸੌਖਾ ਹੀ ਕੰਮ ਆ, ਜੇ ਤੁਸੀਂ ਅੱਜ ਨਾ ਆਪਣੇ ਆਪ ਨੂੰ ਸਹੀ ਕਰ ਸਕੇ, ਨਾ ਸੁਧਾਰ ਕਰ ਸਕੇ, ਤਾਂ ਫਿਰ ਤੁਸੀਂ ਦੁਬਾਰਾ ਨਾ ਤੁਸੀਂ ਮੌਕਾ ਲੱਭਿਓ ਕਿਤੇ, ਅਤੇ ਇਹ ਗੱਲ ਪੱਕੀ ਆ ਵੀ ਜੇ ਬਾਕੀ ਜਿਹੜੀਆਂ ਸਰਕਾਰਾਂ ਨੂੰ ਸੁੱਟ ਸਕਦੇ ਅਗਲੇ ਸਮੇਂ ਦੇ ਜਿਹੜੇ ਵੱਡੇ ਵੱਡੇ ਉਸ ਵਕਤ ਆਪਣੇ ਧਨੰਤਰ ਖਵਾਉਣ ਵਾਲੇ ਕਿੱਦਾਂ ਚੁੱਕ ਕੇ ਨੁਕਰੇ ਲਾਏ ਆ, ਮਤਲਬ ਲੋਕ ਅੱਕੇ ਸੀ ਨਾ। ਬਿਲਕੁਲ ਜੀ, ਮੈਂ ਤਾਂ ਮੇਰਾ ਮੰਨਣਾ ਤਾਂ ਇਹ ਵੀ ਆ ਵੀ ਆਮ ਪਾਰਟੀ ਜਿੱਤੀ ਨਹੀਂ, ਅਸਲ 'ਚ ਲੋਕ ਉਹਨਾਂ ਤੋਂ ਦੁਖੀ ਜ਼ਿਆਦਾ ਸੀ। ਦੇਖੋ ਮੇਰੀ ਨਿੱਜੀ ਰਾਏ ਉਸਦਾ ਮੈਂ ਗਲਤ ਹੋਵਾਂ, ਅਸਲ ਦੇ ਵਿੱਚ ਲੋਕ ਦੁਖੀ ਇੰਨੇ ਸੀ, ਲੋਕਾਂ ਨੂੰ ਬਦਲ ਨਹੀਂ ਲੱਭ ਰਿਹਾ। ਅੰਨੇ ਵਾਰ ਲੋਕਾਂ ਨੇ ਇਹ ਵੀ ਨਹੀਂ ਵੇਖਿਆ ਕੈਂਡੀਡੇਟ ਕਿਹੜਾ ਇਲਾਕੇ ਦਾ ਸਾਡਾ, ਦਬਦਬਾ ਪਾ ਦਿਓ ਜੀ, ਕਈ ਕੈਂਡੀਡੇਟ ਜਿਹਨਾਂ ਦੇ ਲੋਕਾਂ ਨੇ ਫੇਸ ਵੀ ਨਹੀਂ ਸੀ ਵੇਖੇ ਵੀ ਇਹ ਕਿਹੜਾ ਵਾ, ਪਾ ਤੇ ਲੋਕਾਂ ਨੇ, ਪਰ ਜੇ ਇਹ ਖਰੇ ਨਾ ਉਤਰੇ ਉਮੀਦਾਂ 'ਤੇ ਤਾਂ ਗੱਲ ਨਹੀਂ ਬਣਨੀ। ਪਰ ਮੈਂ ਤਾਂ ਇੱਕੋ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ, ਕਿਸੇ ਦੇ ਉੱਤੇ ਆਸ ਨਾ ਲਾਓ, ਸਾਨੂੰ ਆਪਣੇ ਘਰਾਂ ਦੀ ਰਾਖੀ ਆਪ ਕਰਨੀ ਪੈਣੀ ਹੈ। ਤੇ ਖੇਤੀ ਪ੍ਰਧਾਨ ਸੂਬਾ ਹੈ, ਮਿੱਲਾਂ ਸਾਰੀਆਂ ਬੰਦ ਹੋ ਗਈਆਂ, ਤੁਹਾਡੇ ਲਾਗੇ ਸਿਰੋਂ ਮਿੱਲ ਬੰਦ ਹੈ, ਇਹਦੇ ਪਿਛਲੇ ਪਾਸੇ 100-150 ਏਕੜ ਦੇ ਵਿੱਚ ਜੀਰਾ ਮਿੱਲ ਬੰਦ ਹੈ, ਜਗਰਾਓਂ ਮਿੱਲ ਕੱਟ ਕੇ ਨਾ ਕਲੋਨੀ ਬਣਾਤੀ ਹੈ, ਮਿੱਲਾਂ ਬੰਦ ਹੋ ਗਈਆਂ ਅਤੇ ਇਹੋ ਜਿਹੀਆਂ ਫੈਕਟਰੀਆਂ ਹੋਣ 'ਚ ਆ ਗਈਆਂ, ਅਤੇ ਔਰ ਇਹ ਫੈਕਟਰੀ ਦਾ ਉਦਘਾਟਨ ਖੈਰ ਤੁਹਾਨੂੰ ਪਤਾ ਕਿ ਨਹੀਂ ਪਤਾ? ਬਿਲਕੁਲ ਪਤਾ, ਸੁਖਬੀਰ ਸਿੰਘ ਬਾਦਲ ਦੇ ਹੱਥੀ, ਬਿਲਕੁਲ ਅਕਾਲੀ ਸਰਕਾਰ ਵੇਲੇ ਹੋਇਆ ਵਾ। ਵੇਖੋ ਉਹਦਾ ਕਾਰਨ ਇਹ ਆ, ਹੁਣ ਇਹ ਨਾ ਵੀ ਇਸ ਸਰਕਾਰ ਵੇਲੇ ਉਹ ਜਿਹੜੇ ਉਸ ਸਰਕਾਰ ਵੇਲੇ ਜਿਹੜੇ ਉਹਦੀ ਉਦਘਾਟਨ ਹੋਇਆ ਅਤੇ ਹੁਣ ਬੰਦ ਕਰਾਉਣ ਡਿਆ, ਇਹ ਕੋਈ ਨਵਾਂ ਜ਼ਹਿਰ ਵਾਲਾ ਕੰਮ ਕਰਨਾ ਮੁੜ ਕੇ ਦੂਜੀਆਂ ਸਰਕਾਰਾਂ ਬੰਦ ਕਰਾਉਣ, ਇਹ ਤਾਂ ਹੁਣ ਆਪਾਂ ਨੂੰ ਜਾਗਣਾ ਪੈਣਾ, ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਇਹ ਮੁੱਦੇ ਮੈਨੂੰ ਲੱਗਦਾ ਇਹ ਮੁੱਦੇ ਸਾਡੇ ਸਾਰਿਆਂ ਨੇ ਸਾਂਝੇ। ਹੁਣ ਮੈਂ ਬੋਲ ਕੇ ਆਇਆ ਵੀ ਇੱਥੇ ਇਕੱਲੇ ਸਟੇਟ ਇਸ ਸਟੇਟ ਵਿੱਚ ਇਕੱਲੇ ਪੰਜਾਬੀ ਨਹੀਂ ਰਹਿ ਰਹੇ, ਸਰਦਾਰ ਸਿੱਖ ਨਹੀਂ ਰਹਿ ਰਹੇ, ਇਹ ਤਾਂ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਕਿਉਂਕਿ ਜਿਹੜਾ ਨਸ਼ਾ ਵਾ ਨਾ ਇਹ ਇਕੱਲਾ ਸਿੱਖ ਵੇਖ ਕੇ ਥੋੜ੍ਹਾ ਉਹਨੇ ਮਾਰਨਾ ਵਾ ਵੀ ਇਹ ਸਿੱਖਾਂ ਦਾ ਬੱਚਾ ਵਾ। ਨਸ਼ਿਆਂ ਦੇ ਨਾਲ ਤਾਂ ਸਾਡੇ ਹਿੰਦੂ ਪਰਿਵਾਰ ਦੇ ਬੱਚੇ ਵੀ ਜਿਹੜੇ ਉਹ ਵੀ ਪੀੜਤ ਹੋ ਰਹੇ ਆ, ਮੁਸਲਮਾਨ ਦੇ ਬੱਚੇ ਵੀ ਪੀੜਤ ਹੋ ਰਹੇ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਜ਼ਹਿਰ ਜਿਹੜੀ ਜਿੱਥੇ ਜ਼ਹਿਰ ਬਣ ਰਹੀ ਹੈ ਜਾਂ ਜ਼ਹਿਰ ਵੇਖ ਰਹੀ ਆ, ਇਹਦੇ ਵਿਰੁੱਧ ਜੰਗ ਛੇੜਨੀ ਚਾਹੀਦੀ। ਸਾਨੂੰ ਤਕੜੇ ਹੋ ਕੇ ਆਪਣੇ ਘਰਾਂ ਦੀ ਰਾਖੀ ਕਰਨੀ ਪੈਣੀ, ਜਿਹੜੀ ਦੂਜੇ ਦੇ ਨਾਲ ਜਿਹੜੇ ਅਸੀਂ ਪੁੱਤਾਂ ਧੀਆਂ ਦੇ ਵਿਆਹਾਂ 'ਤੇ ਨਸ਼ੇ ਪਿਆਉਂਦੇ ਹਾਂ ਜਾਂ ਪੀਂਦੇ ਹਾਂ, ਇੱਥੇ ਸਾਨੂੰ ਸਾਰੇ ਇੱਕ ਵੱਢਿਓ ਇਹਨਾਂ ਵੀ ਇੱਥੇ ਹੀ ਧਰਨੇ ਦਿੰਦੇ ਰਹੀਏ, ਅਤੇ ਕੱਲ੍ਹ ਨੂੰ ਵਿਆਹ ਕਰੀਏ ਫਿਰ ਲਿਆ ਕੇ ਮੁੱਲ ਖਰੀਦ ਕੇ ਫਿਰ ਆਪਣੇ ਬੱਚਿਆਂ ਨੂੰ ਨਸ਼ੇ ਪਿਆਈਏ, ਅਤੇ ਫਿਰ ਕੋਈ ਫਿਰ ਤਾਂ ਮੂੰਹ ਨਾਲੋਂ ਲਾ ਕੇ ਗੱਲ ਨਾ ਲਾਉਣ ਵਾਲੀ ਗੱਲ ਹੋਊਗੀ, ਫਿਰ ਕੋਈ ਪ੍ਰਾਪਤੀ ਨਹੀਂ ਆਪਾਂ ਕਹਿ ਸਕਦੇ ਜੀ। ਪੰਜਾਬ ਦੇ ਹੋਰ ਵੀ ਬੜੇ ਮੁੱਦੇ ਨੇ, ਤੁਸੀਂ ਇੱਕ ਸਿੱਖ ਵਿਦਵਾਨ ਹੋ, ਜਿਹੜੇ ਅੱਜ ਆਪਾਂ ਵੇਖਦੇ ਹਾਂ ਵੀ ਸਿੱਖ ਕੌਮ ਨੂੰ ਚੜ੍ਹੀ ਸਵੇਰ ਇੱਕ ਨਵਾਂ ਮੁੱਦਾ ਫੇਸ ਕਰਨਾ ਪੈਂਦਾ, ਚਾਹੇ ਪਿਛਲੇ ਦਿਨਾਂ ਦੇ ਈਸਾਈਆਂ ਦੀ ਆਪਾਂ ਗੱਲ ਕਰ ਲਈਏ, ਧਰਮ ਪਰਿਵਰਤਨ ਦੀ ਗੱਲ ਕਰ ਲਈਏ, ਨਾਮ ਚਰਚਾ ਦੀ ਗੱਲ ਕਰ ਲਈਏ, ਇੱਕ ਨਵਾਂ ਇੱਕ ਡੇਰਾ ਪ੍ਰੇਮੀ ਨੇ ਰਾਮ ਰਹੀਮ ਪੈਰੋਲ 'ਤੇ ਆਏ ਨੇ, ਉਹਨਾਂ ਨੇ ਆ ਕੇ ਕਹਿ ਰਹੇ ਵੀ ਇੱਕ ਅਸੀਂ ਹੋਰ ਡੇਰਾ ਬਣਾਉਣ ਜਾ ਰਹੇ ਪੰਜਾਬ ਦੇ ਵਿੱਚ, ਕਿਵੇਂ ਵੇਖਦੇ? ਵੇਖੋ ਸਾਰਾ ਕੁਝ ਇਹ ਤਾਂ ਹੀ ਹੋ ਰਿਹਾ, ਸਾਡੇ ਲੀਡਰਸ਼ਿਪ ਕਮਜ਼ੋਰ ਕਹਿ ਸਕਦੇ ਹਾਂ ਆਪਾਂ, ਅਸੀਂ ਆਪ ਸਿਆਣੇ ਨਹੀਂ ਹੈਗੇ, ਕਿਉਂਕਿ ਇਹ ਗੁਰਮੀਤ ਰਾਮ ਰਹੀਮ ਕੋਈ ਇੱਕ ਥੋੜ੍ਹਾ ਹੈਗਾ,
ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਇਸ ਸੰਸਾਰ ਦੇ ਵਿੱਚ, ਉਹਨੂੰ ਇੱਦਾਂ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਕਿ ਜਦੋਂ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਾ ਕੇ ਚਾਨਣ ਹੋਇਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪ ਅੰਧੇਰ ਫਲੋਆ। ਤਾਰੇ ਸ਼ਬਦ ਪਤਾ ਕਿਉਂ ਵਰਤੇ ਸੀ? ਤੁਸੀਂ ਕਦੇ ਵੇਖਿਓ, ਨੋਟ ਕਰਿਓ, ਜਿੰਨੀ ਰਾਤ ਕਾਲੀ ਹੋਊਗੀ ਤਾਰੇ ਚਮਕਣਗੇ। ਚੰਦਰਮਾ ਦੀ ਜਦੋਂ ਚਾਨਣੀ ਹੁੰਦੀ, ਜਦੋਂ ਮੱਸਿਆ ਜਦੋਂ ਪੂਰਨਮਾਸ਼ੀ ਦੀ ਰਾਤ ਹੁੰਦੀ, ਉਦੋਂ ਤਾਰੇ ਹੁੰਦੇ ਆ, ਪਰ ਤਾਰੇ ਚਮਕਦੇ ਨਹੀਂ, ਇੰਨਾ ਪ੍ਰਭਾਵ ਨਹੀਂ ਪੈਂਦਾ। ਹੁਣ ਇਸ ਤਾਰੇ ਕੀ ਆ? ਤਾਰੇ ਆ ਪਖੰਡ, ਹੈ ਨਾ। ਰਾਤ ਕੀ ਆ? ਜਿੰਨੀ ਰਾਤ ਹੋਏਗੀ ਨਾ ਪਖੰਡਵਾਦ ਦੀ, ਕਰਮਕਾਂਡਾਂ ਦੀ, ਉਹਨੇ ਤਾਰੇ ਚਮਕਣਗੇ। ਤਾਰੇ ਮੀਨਿੰਗ ਦੇਹਧਾਰੀ, ਡੰਬੀ, ਤਾਂਤਰਿਕ, ਜੋਤਸ਼ੀ, ਪਾਂਧੇ, ਸਿਆਣੇ। ਹੁਣ ਤਾਂ ਸ਼ਬਦ ਹੁਣ ਦੇਣ ਵਾ, ਸੂਰਜ ਹੈਗਾ ਨਾ, ਤਾਰੇ ਤਾਂ ਹੁਣ ਵੀ ਹੈਗੇ, ਪਰ ਹੁਣ ਕਿਉਂ ਨਹੀਂ ਦਿਖ ਰਹੇ? ਕਿਉਂਕਿ ਸੂਰਜ ਸਾਹਮਣੇ ਤਾਰਿਆਂ ਦਾ ਪ੍ਰਭਾਵ ਕੋਈ ਨਹੀਂ ਆ। ਸਮਾਜ ਵਿੱਚ ਪਖੰਡ, ਵਹਿਮ, ਭਰਮ, ਨਸ਼ੇ ਇੱਦਾਂ ਹੀ ਰਹਿਣੇ ਆ। ਜਿਨ੍ਹਾਂ ਘਰਾਂ 'ਚ ਗਿਆਨ ਦਾ ਸੂਰਜ ਚੜ ਜੂ, ਉਹਨਾਂ 'ਤੇ ਤਾਰਿਆਂ ਦਾ ਪ੍ਰਭਾਵ ਕੋਈ ਨਹੀਂ ਪੈਣਾ। ਗੱਲ ਇੰਨੀ ਕੀ ਹੈ, ਹੁਣ ਜੇ ਤੁਸੀਂ ਕਹੋ ਸਭ ਕੁਝ ਬੰਦ ਹੋ ਜਾਏ, ਬੰਦ ਕਦੇ ਨਹੀਂ ਹੁੰਦਾ। ਮਤਲਬ ਮੈਂ ਇਹਨੂੰ ਇੱਦਾਂ ਮੰਨਦਾ ਵੀ ਜਿਵੇਂ ਭਾਈ ਮੰਝ ਦੇ ਘਰ ਕਬਰ ਸੀ, ਗੁਰੂ ਸਾਹਿਬ ਢਾਉਣ ਨਹੀਂ ਗਏ, ਗੁਰੂ ਸਾਹਿਬ ਨੇ ਇੱਥੋਂ ਕਬਰ ਢਾਹਤੀ, ਅਤੇ ਉਹਦੇ ਨਾਲ ਭਾਵੇਂ ਤੁਸੀਂ ਕਿੱਲਾ ਠੋ ਕੇ ਮੁੜ ਕੇ ਪੱਠੇ ਪਾਈਓ, ਉੱਥੇ ਕਬਰ ਦੀ ਜਦੋਂ ਅਹਿਮੀਅਤ ਕੋਈ ਨਹੀਂ ਰਹੇਗੀ। ਜ਼ਰੂਰ ਸਾਹਿਬ ਇੱਟਾਂ ਚੁੱਕ ਕੇ ਮੈਂ ਢਾਉਣੀ ਆ, ਢਾਉਣਦਾਰ ਸਾਹਿਬ, ਜਦੋਂ ਮੰਨਦਾ ਨਹੀਂ ਮੇਰੀ ਮੇਰੇ ਮਨ 'ਚ ਅਹਿਮੀਅਤ ਕੋਈ ਨਹੀਂ ਆ। ਪਰ ਕਈ ਜਥੇਬੰਦੀਆਂ ਅੱਜ ਕਹਿ ਰਹੀਆਂ, ਉਹ ਇਤਰਾਜ਼ ਕਰਦੀਆਂ ਵੀ ਤੁਸੀਂ ਸਾਡੇ ਆ ਮਤਲਬ ਸਿੱਖਾਂ ਦੇ ਘਰਾਂ 'ਚ ਆ ਕੇ ਤੁਸੀਂ ਉਹਨਾਂ ਦਾ ਧਰਮ ਪਰਿਵਰਤਨ ਕਰ ਰਹੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਵੇਖੋ, ਪਹਿਲੀ ਗੱਲ ਤਾਂ ਮੈਂ ਹੁਣੇ ਬੋਲ ਕੇ ਆਇਆ ਵਾਂ ਕਿ ਜਿਹੜਾ ਬੰਦਾ ਲਾਲਚਵਾਸ ਹੋ ਕੇ ਕਹਿੰਦਾ ਨਾ ਜੀ ਮੈਂ ਮੈਨੂੰ ਉੱਥੋਂ ਆਹ ਮਿਲਿਆ, ਮੇਰੇ ਗੋਡੇ ਠੀਕ ਹੋਏ, ਮੇਰੇ ਮੋਢੇ ਠੀਕ ਹੋਏ, ਮੇਰੀ ਅੱਖਾਂ ਦਾ ਆਪਰੇਸ਼ਨ ਫ੍ਰੀ ਕਰਤਾ, ਮੈਨੂੰ ਉਹਨਾਂ ਵਰਦੀਆਂ ਲੈਤੀਆਂ, ਮੈਨੂੰ ਸਕੂਲ ਦੀ ਫੀਸ ਦੇਤੀ, ਮੇਰਾ ਇਲਾਜ ਕਰਾਤਾ, ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਫਰੀਦਾ ਜਾਂ ਲੱਭ ਤਾਂ ਨਹੀਂ ਗਿਆ, ਇਹਦਾ ਮਤਲਬ ਇਹ ਆ ਉਹਨਾਂ ਨੂੰ ਇੰਨਾ ਖੁਸ਼ ਨਹੀਂ ਹੋਣਾ ਚਾਹੀਦਾ। ਜੇ ਲਾਲਚਵਾਸ ਉਹ ਤੁਹਾਡੀ ਬੇੜੀ ਸਵਾਰ ਹੋ ਜਾਏ, ਜਦੋਂ ਇਹਨਾਂ ਨੂੰ ਕੋਈ ਵੱਡਾ ਲਾਲਚ ਮਿਲਿਆ ਨਾ, ਤੁਹਾਡੀ ਬੇੜੀ 'ਚੋਂ ਨਿਕਲ ਕੇ ਹੋਰ ਵੀ ਜਾ ਕੇ ਸ਼ਾਮਿਲ ਹੋ ਜਾਣਾ ਜੀ। ਇੱਥੇ ਸਿੱਖੀ ਕਿਰਦਾਰ ਦਾ ਨਾਮ ਆ। ਸਿੱਖੀ ਤਾਂ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕਰਨ ਵਾਲੇ, ਬੰਦ ਬੰਦ ਕਟਾਉਣ ਵਾਲੇ ਸਿੱਖੀ ਨਾ ਛੱਡੀ। ਇੱਥੇ ਇੱਦਾਂ ਗਾਤਰਾ ਫੜ ਕੇ ਕਈ ਕਹਿਣਗੇ ਜੀ ਮੈਂ ਆਹ ਸਿੱਖੀ ਛੱਡਣ ਲੱਗਾ ਜੀ, ਮੈਂ ਤਾਂ ਜੀਸ, ਮੈਂ ਤਾਂ ਕ੍ਰਿਸ਼ਨ ਬਣ ਲੱਗਾ। ਵੀ ਤੂੰ ਘੜੀ ਗਰੂਪ ਬਣਨਾ, ਹੁਣੇ ਬਣ ਤੂੰ ਜਾ, ਤੂੰ ਟੱਬਰ ਲੈ ਕੇ ਜਾ। ਵੀ ਇਹੋ ਜਿਹੇ ਬੰਦਿਆਂ ਕੋਲੋਂ ਗੁਰੂ ਨੇ ਕਰਵਾਉਣਾ ਹੀ ਕੀ ਸੀ? ਸਿੱਖੀ ਤਾਂ ਦੋ ਬੰਦੇ ਸੀ, ਬਾਬਾ ਬੋਤਾ ਸਿੰਘ, ਗਰਜਾ ਸਿੰਘ, ਡਾਂਗ ਨੂਰ ਦੀ ਸਰਾਂ ਖੜਕਦੀ ਸੀ, ਸਿੱਖੀ ਦਾ ਪਤਾ ਲਾਹੌਰ ਲੱਗਦਾ ਸੀ। ਇੱਥੇ ਗੱਲ ਕੁਆਲਿਟੀ ਦੀ ਆ, ਕੁਆਂਟਿਟੀ ਦੀ ਨਹੀਂ ਹੈਗੀ। ਲੱਸੀ ਦੇ ਭਾਵੇਂ ਦੋ ਡਰਾਮ ਹੋਣ, ਹਾਂ ਉਹ ਦਿੱਤੀ ਜਾਂਦੀ ਆ ਗਵਾਂਢੀਆਂ ਨੂੰ ਵੀ, ਲੈ ਜਾਓ ਭਾਵੇਂ ਮੱਖਣ ਜਿਹੜਾ ਨਾ। ਤੁਹਾਡੇ ਵਰਗੇ ਕਰੜੇ ਸ਼ਬਦ ਲੈ ਕੇ ਇੱਕ ਨੌਜਵਾਨ ਅੱਜ ਅਗਵਾਈ ਕਰ ਰਿਹਾ ਅੰਮ੍ਰਿਤਪਾਲ ਸਿੰਘ, ਅਤੇ ਬੜੇ ਲੋਕ ਕਹਿੰਦੇ ਉਹਦੇ ਪਿੱਛੇ ਏਜੰਸੀਆਂ ਲੱਗ ਗਈਆਂ, ਪਰ ਨੌਜਵਾਨੀ ਵੀ ਲੱਗ ਗਈ, ਉਹ ਨੌਜਵਾਨ ਨੂੰ ਕਿਵੇਂ ਵੇਖਦੇ? ਚਲੋ ਵੇਖੋ ਵੀ ਜੀ, ਮੈਂ ਕੋਈ ਮਿਲਿਆ ਨਹੀਂ ਇਹਦੇ ਬਾਰੇ, ਮੈਂ ਕੋਈ ਨਾ ਹੀ ਇਹਦੇ ਬਾਰੇ ਟਿੱਕਾ ਟਿਪਿਕ ਕਰਾਂ, ਮੈਨੂੰ ਇਹਦੇ ਬਾਰੇ, ਕਿਉਂਕਿ ਮੈਂ ਇਹਦੀ ਉਹਦੇ ਨਾਲ ਕੋਈ ਵਿਚਾਰ ਸਾਂਝੇ ਨਹੀਂ ਹੋਏ, ਅਸੀਂ ਮਿਲੇ ਨਹੀਂ ਹਾਂ, ਕਿਉਂਕਿ ਇਹਦੇ ਬਾਰੇ ਆਪਾਂ ਨੈੱਟ ਦੀ ਇੱਕ ਆਪਣੀ ਹਵਾ ਹੁੰਦੀ ਆ। ਮੈਂ ਤਾਂ ਆਪਣੇ ਵਿਚਾਰ ਦੇ ਸਕਦਾ ਵੀ ਇਕੱਲਾ ਕ੍ਰਿਸ਼ਚਨਾਂ ਵੱਲ ਨਾ ਤੁਰੀਏ। ਜੇ ਕ੍ਰਿਸ਼ਚਨ ਉਹ ਪਖੰਡ ਕਰਦੇ ਆ, ਪਾਸਟਰ ਨਕਲੀ ਪਖੰਡ ਕਰਦੇ ਆ, ਅਤੇ ਜਿਹੜੇ ਆਪਣੇ ਬਾਬੇ ਡੇਰੇ ਇਹ ਪਖੰਡ ਕਰਦੇ, ਇੱਧਰ ਵੀ ਧਿਆਨ ਦੇਈਏ। ਮੇਰੀ ਇਹ ਜ਼ਰੂਰ ਤੁਹਾਡੇ ਮੀਡੀਆ ਰਾਹੀਂ ਬੇਨਤੀ ਆ ਵੀ ਜੇ ਕ੍ਰਿਸ਼ਚਨਾਂ ਦੇ ਪਾਸਟਰਾਂ ਦੀ ਤੁਹਾਨੂੰ ਪਖੰਡ ਦਿਸਦਾ ਵਾ, ਅਤੇ ਆਪਣੇ ਬਾਬੇ ਪਾਥੀਆਂ ਤੋਂ ਮੁੰਡੇ ਦਿੰਦੇ ਆ, ਉਹ ਸੰਪਰਦਾਵਾਂ ਜਿਹੜੀਆਂ ਕਹਿੰਦੀਆਂ ਜੀ ਪੰਜ ਪਿਆਰੇ ਪਹਿਲਾਂ ਫਲਾਣੇ ਭਗਤ ਦੇ ਅਵਤਾਰ ਸੀ, ਜਾਂ ਜਿਹੜੇ ਬਾਬੇ ਠਾਕੁਰ ਸਿੰਘ ਵਰਗੇ ਜਿਹੜੇ ਪਟਿਆਲੇ ਦਾ ਬਾਬਾ ਪ੍ਰਚਾਰਕ ਠਾਕੁਰ ਸਿੰਘ, ਉਹ ਕਹਿੰਦਾ ਵੀ ਬਾਬਾ ਜਰਨੈਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੁਪਨੇ 'ਚ ਕਹਿੰਦੇ ਆ ਕਿ ਜਰਨੈਲ ਸਿੰਘ ਜੇ ਤੂੰ ਚਾਹੁੰਦਾ ਦੁਨੀਆ 'ਤੇ ਟਕਸਾਲ ਦਾ ਨਾਮ ਹੋ ਜਾਓ, ਤੈਨੂੰ ਅਕਾਲ ਤਖ਼ਤ 'ਤੇ ਅਟੈਕ ਕਰਵਾਉਣਾ ਪੈਣਾ ਵਾ। ਹਾਂਜੀ, ਉੱਧਰ ਕਿਉਂ ਨਹੀਂ ਧਿਆਨ ਜਾਂਦਾ? ਕਦੀ ਕਿਸੇ ਨੇ ਉਹਦਾ ਖੰਡਨ ਕੀਤਾ ਵੀ ਇਹ ਤੁਸੀਂ ਐਡੀਆਂ ਐਡੀਆਂ ਗੱਲਾਂ ਤੁਸੀਂ ਕਿਉਂ ਬੋਲਦੇ ਜੇ, ਕਿਉਂ ਮਨਮਤਾਂ ਕਰਦੇ ਜੇ? ਮਤਲਬ ਕਹਿਣ ਦਾ ਭਾਵ ਜਿਹੜੇ ਆਪਣੇ ਤੁਹਾਡੇ ਬਾਬੇ ਮਨਮਤਾਂ ਕਰਨ, ਪਿਛਲੇ ਨਾਨਕ ਸਰ ਵੀ ਆਪਾਂ ਬੜਾ ਕੁਝ, ਉਹ ਤਾਂ ਚਲੋ ਉਹਨਾਂ ਦਾ ਪਤਾ ਹੀ ਆ, ਉੱਧਰ ਤਾਂ ਕੋਈ ਮੂੰਹ ਨਾ ਕਰਦਾ। ਇੱਥੇ ਆਪਾਂ ਜਿਹੜੇ ਆ ਕਈ ਪੁੱਛੋ ਅੜਗੇ ਤਾਂ ਕਿੰਨੇ ਬਾਬੇ ਪਖੰਡ ਗੁਰੂ ਦੀ ਹਜ਼ੂਰੀ 'ਚ ਮਨਮਤਾਂ ਕਰਦੇ ਆ, ਆਹ ਨਾਮਧਾਰੀਆਂ ਨੇ ਗੁਰੂ ਦੀ ਹਜ਼ੂਰੀ 'ਚ ਕਿੱਡੀ ਵੱਡੀ ਮਰਿਆਦਾ, ਉੱਧਰ ਨੂੰ ਕੋਈ ਵੇਖੋ। ਪਾਸਟਰ ਤਾਂ ਗਲਤ ਹੈਗੇ ਹੈਗੇ, ਉਹਨਾਂ ਬਾਰੇ ਤਾਂ ਮੈਂ ਅੱਜ ਵੀ ਕਹਿੰਦਾ ਉਹ ਤਾਂ ਨਕਲੀ, ਉਹਨਾਂ ਬਾਰੇ ਤਾਂ ਖੁਦ ਕ੍ਰਿਸ਼ਚਨ ਵੀ ਆਪ ਕਹਿ ਚੁੱਕੇ ਆ ਵੀ ਇਹ ਨਕਲੀ ਪਾਸਟਰਾਂ ਦਾ ਅਸੀਂ ਵਿਰੋਧ ਕਰਦੇ ਹਾਂ, ਵੀ ਇਹ ਜਿਹੜੀਆਂ ਕਰਾਮਾਤਾਂ ਵਿਖਾਉਂਦੇ, ਪਰ ਉਹਨਾਂ ਨਾਲੋਂ ਵੱਧ ਕਰਾਮਾਤਾਂ ਸਾਡੇ ਪੰਜਾਬ 'ਚ ਸਾਧ ਵਿਖਾਈ ਜਾਂਦੇ ਆ। ਜਿਹੜੇ ਕਹਿੰਦੇ ਜੀ ਇੱਥੇ ਕੁੱਤੀ ਸੀ, ਸਾਹ ਸੰਗਤ ਜੀ ਇੰਗਲੈਂਡ ਦੀ ਮਹਾਰਾਣੀ ਮੁੜ ਕੇ ਬਣੀ, ਇਹਨਾਂ ਬਾਬਿਆਂ ਬਾਰੇ ਕੋਈ ਨਹੀਂ ਬੋਲਦਾ, ਮੂੰਹ ਨੂੰ ਲੋਕ ਲੱਗ ਜਾਂਦਾ ਸਾਡਾ, ਅਸੀਂ ਕਿਉਂ ਨਹੀਂ ਬੋਲਦੇ? ਪਤਾ ਵੀ ਬੜੇ ਬੜੇ ਮਗਰਮੱਛ ਵਾ ਜੀ, ਤੋ ਸ਼ਾਇਦ ਇਹ ਗੱਲਾਂ ਹੁਣ ਤੁਸੀਂ ਇੱਦਾਂ ਹੀ ਚਲਾਇਓ ਚੈਨਲ 'ਤੇ, ਗੁਰੂ ਕਿਰਪਾ ਕਰ ਚੱਲਣਗੀਆਂ। ਅਤੇ ਜਿਹੜੇ ਮਤਲਬ ਅੱਜ ਗੁਰਦੁਆਰਿਆਂ ਦੀ ਗੱਲ ਕਰੀਏ ਵੀ ਅੱਜ ਉੱਥੇ ਵੀ ਹਾਲਾਤ ਬਹੁਤ ਨਾਜ਼ੁਕ ਨੇ, ਅਤੇ ਜਿਹੜੇ ਇੱਕ ਪਰਿਵਾਰ ਦਾ ਕਬਜ਼ਾ ਜਿਹਦੀ ਆਪਾਂ ਹੁਣੇ ਗੱਲ ਕੀਤੀ, ਇਹੋ ਜਿਹੀਆਂ ਸ਼ਰਾਬ ਫੈਕਟਰੀਆਂ ਤੋਂ ਉਦਘਾਟਨ ਕਰਦੇ ਨੇ, ਅੱਜ ਤਖਤਾਂ 'ਤੇ ਬਿਰਾਜਮਾਨ, ਇਲੈਕਸ਼ਨ ਨਾ ਹੋਣ ਦਾ ਕਾਰਨ? ਵੇਖੋ, ਉਹਦਾ ਕਾਰਨ ਇਹ ਆ ਵੀ ਉਹ ਤਾਂ ਉਹਨਾਂ ਕੋਲ ਹੁਣ ਬਚੀ ਸ਼੍ਰੋਮਣੀ ਕਮੇਟੀ ਆ, ਇੱਧਰੋਂ ਤਾਂ ਤੁਸੀਂ ਲਾ ਕੇ ਉਹਨਾਂ ਵਿਚਾਰਿਆਂ ਨੂੰ ਨੁਕਰੇ ਬਿਠਾ ਲਾ ਤਾ, ਹੁਣ ਉਹਨਾਂ ਨੇ ਕੀ ਕਰਨਾ?
ਉਹਨਾਂ ਕੋਲ ਸਭ ਕੁਝ ਹੁੰਦਿਆਂ ਵੀ ਨਾ ਹੋਣ ਵਾਲੀ ਗੱਲ ਆ। ਹੁਣ ਤੋਂ ਪੂਰਾ ਜ਼ੋਰ ਲਾਉਣਗੇ ਵਿਚਾਰੇ, ਕਦੀ ਕਿਸੇ ਦੇ ਗੱਲ 'ਚ ਸਰੋਪਾ ਪਾਉਂਦੇ ਵੀ ਤੂੰ ਪ੍ਰਧਾਨ ਬਣ ਜਾ, ਕਦੀ ਕਿਸੇ ਦੇ ਗੱਲ 'ਚ ਸਰੋਪਾ ਪਾਉਂਦੇ ਤੂੰ ਪ੍ਰਧਾਨ ਬਣ ਜਾ। ਉਹ ਤਾਂ ਨਹੀਂ ਵੇਖੋ ਜੀ, ਹੁਣ ਉਹ ਜਦੋਂ ਤੱਕ ਜਿਉਂਦੇ ਆ ਨਾ ਜ਼ੋਰ ਪੂਰਾ ਲਾਉਣਗੇ, ਠੀਕ ਆ। ਬਾਕੀ ਮੈਂ ਕਹਿੰਦਾ ਜੇ ਆਪਾਂ ਬਦਲ ਲਿਆ ਕੇ ਫਿਰ ਉਹਨਾਂ ਤੋਂ ਗੰਦੇ ਬੰਦੇ ਬਿਠਾਉਣੇ ਆ, ਤਾਂ ਫਿਰ ਮੇਰੇ ਸਨ ਅਜੇ ਇਹੋ ਠੀਕ ਆ, ਪਹਿਲਾਂ ਆਪਾਂ ਬਦਲ ਵੇਖੀਏ ਵੀ ਲਿਆ ਕੇ ਬੰਦੇ ਬਿਠਾਉਣੇ ਕਿਹੜੇ ਉੱਥੇ। ਜੀ ਇਹੋ ਗੱਲ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਖਾਲਿਸਤਾਨ ਦੀ, ਤੁਸੀਂ ਕਿਹਾ ਵੀ ਖਾਲਿਸਤਾਨ ਮੰਨ ਲਓ ਬਣ ਜਾਂਦਾ ਅਤੇ ਜਿਹੜੇ ਡਿਪਾਰਟਮੈਂਟ ਨੇ ਉਹ ਕਿਹਨੂੰ ਦੇਣੇ ਨੇ, ਉਹ ਮਤਲਬ ਉਹ ਦੇਖੋ ਮੈਂ ਕੋਈ ਵਿਰੋਧੀ ਨਹੀਂ ਆ, ਤੁਸੀਂ ਬਣਾਓ ਵਧੀਆ ਗੱਲਾਂ ਹੀ ਤੁਹਾਡੇ ਨਾਲ ਆ, ਪਰ ਜੇ ਤੁਸੀਂ ਉਹਦੇ 'ਚ ਜਾ ਕੇ ਫਿਰ ਗਾਲਾਂ ਕੱਢਣੀਆਂ ਧੀਆਂ ਭੈਣਾਂ ਦੀਆਂ, ਮਰਨ ਮਰਾਉਣ ਦੀਆਂ ਗੱਲਾਂ ਕਰਨੀਆਂ ਜਾਂ ਡਾਂਗ ਫੇਰਨ ਦੀਆਂ ਗੱਲਾਂ ਕਰਨੀਆਂ, ਸਿੱਖੀ ਵਿਚਾਰਧਾਰਾ ਹੀ ਨਹੀਂ ਹੈਗੀ। ਸਿੱਖੀ ਵਿਚਾਰਧਾਰਾ ਅਤੇ ਗੁਰੂ ਸਾਹਿਬ ਨੇ ਉਪਦੇਸ਼ ਬਾਣੀ ਦਾ ਬਖਸ਼ਿਸ਼ ਕੀਤਾ ਸੀ, ਜਿੱਥੇ ਹਰ ਇੱਕ ਨੂੰ ਗਿਆਨ ਉਪਦੇਸ਼ ਦਿੱਤਾ, ਵਿਚਾਰ ਦਿੱਤੀਆਂ। ਇਹ ਡਾਂਗ ਵਾਲੀ ਗੱਲ ਥੋੜ੍ਹਾ ਵੀ ਤੁਸੀਂ ਕਿਹਾ ਕਿ ਇਹਨੂੰ ਰੋਕਣ ਜਾਓ, ਕਿਸੇ ਨੂੰ ਮਾਰਨ ਜਾਓ, ਕਿਸੇ ਨੂੰ ਵੜ ਦਿਓ, ਟੁੱਕ ਦਿਓ। ਸਿੱਖਣ ਦੀ ਲੋੜ ਆ ਸ਼ੇਰੇ ਪੰਜਾਬ ਦੇ ਕੋਲੋਂ ਵੀ ਪਿੱਠ ਦੇ ਉੱਤੇ ਵੀ ਅਨਾਜ ਚੁੱਕ ਕੇ ਅਤੇ ਅਗਲੇ ਕਿਸੇ ਦੇ ਘਰ ਛੱਡਣ ਜਾਂਦਾ ਸੀ, ਇੱਥੇ ਤੁਸੀਂ ਮਾਰਨ ਮਰਾਉਣ ਦੀਆਂ ਗੱਲਾਂ ਕਰਦੇ ਪਏ ਹਾਂ, ਗੱਲ ਕਿਹਾ ਠੀਕ ਆ। ਅਸੀਂ ਚਾਹੁੰਦੇ ਹਾਂ ਹੋਵੇ ਤੁਹਾਡਾ ਆਪਣਾ, ਪਰ ਤੁਸੀਂ ਅੱਗ ਨਾ ਲਾਓ ਲੋਕਾਂ ਦੇ ਫੜ। ਮੈਂ ਤਾਂ ਇਹ ਵੀ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ, 84 ਵਿੱਚ ਫੈਡਰੇਸ਼ਨਾਂ ਦੇ ਵੱਡੇ ਵੱਡੇ ਆਗੂ ਨਾਰੇ ਮਰਾ ਮਰਾ ਕੇ ਲੋਕਾਂ ਦੇ ਪੁੱਤ ਮਰਾ ਕੇ ਅਤੇ ਅੱਜ ਲੀਡਰਾਂ ਦੀਆਂ ਚਪਲਾਂ ਚੜ੍ਹਦੇ ਪਏ ਆ ਟਿਕਟਾਂ ਦੇ ਪਿੱਛੇ, ਇਹਨਾਂ ਬਾਰੇ ਸਟੇਟਮੈਂਟਾਂ ਕੌਣ ਦਊਗਾ? ਉਦੋਂ ਤੁਸੀਂ ਲੋਕਾਂ ਦੇ ਪੁੱਤ ਮਰਵਾ ਛੱਡੇ, ਅੱਜ ਤੁਸੀਂ ਕੋਈ ਕਾਂਗਰਸ ਕੋਲ ਅਤੇ ਕੋਈ ਅਕਾਲੀਆਂ ਕੋਲੋਂ ਟਿਕਟਾਂ ਮੰਗਦਾ ਫਿਰਦਾ, ਪਹਿਲਾਂ ਇਹਨਾਂ ਕੋਲੋਂ ਹਿਸਾਬ ਲੈ ਲਓ, ਬਾਅਦ 'ਚ ਆਪਾਂ ਅਗਲੀ ਗੱਲ ਕਰ ਲਾਂਗੇ। ਅਖੀਰ ਦੇ ਵਿੱਚ ਤੁਸੀਂ ਅੱਜ ਇੱਥੇ ਸਾਂਝਾ ਮੋਰਚਾ 'ਚ ਆਏ ਜੀ, ਹਾ ਦਾ ਨਾਰਾ ਮਾਰਨ, ਅਤੇ ਨਵੀਂ ਸਰਕਾਰ ਨੂੰ ਕੁਝ ਕਹਿਣਾ ਚਾਹੋ? ਨਵੀਂ ਸਰਕਾਰ ਨੂੰ ਇਹੋ ਹੀ ਆ ਜੀ, ਜੇ ਪਹਿਲੀਆਂ ਨੇ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਵੇਖ ਲਓ, ਲੋਕਾਂ ਨੇ ਕੱਖਾਂ ਤੋਂ ਹੌਲੇ ਕਰਤਾ, ਤਾਂ ਤੁਸੀਂ ਜਾਗ ਜਾਓ ਭਾਈ, ਹੁਣੇ ਸੁਚੇਤ ਹੋ ਜਾਓ। ਜਿਹੜੀਆਂ ਜੀ ਉਹਨਾਂ ਗਲਤੀਆਂ ਕੀਤੀਆਂ ਤਾਂ ਉਹਨਾਂ ਗਲਤੀਆਂ ਦੇ ਕੁਝ ਸਿੱਖ ਲਓ। ਸੀਚੇਵਾਲ ਸਾਹਿਬ ਵੀ ਆਏ, ਜਿਨ੍ਹਾਂ ਨੇ ਵੇਈ ਦੀ ਸੇਵਾ ਕੀਤੀ ਸੀ, ਉਹ ਵੀ ਆਏ, ਪਰ ਉਹ ਕਿਸੇ ਵੇਲੇ ਤੇ ਹੱਥ ਤੇ ਪਾਣੀ ਰੱਖ ਕੇ TDS ਦੱਸਦੇ, ਹੁਣ ਸ਼ਾਹ ਕਾਲੇ ਪਾਣੀ ਨੂੰ ਕਲੀਨ ਚਿੱਟ ਦੇਤੀ। ਜੋ ਹੁਣ ਗੱਲ ਇਹੋ ਹੀ ਆ ਵੀ ਉਹ ਤਾਂ ਹੁਣ ਲੀਡਰ ਬਣ ਗਏ, ਹੁਣ ਤੁਸੀਂ ਮੇਰੇ ਕੋਲ ਨਾ ਪੁੱਛੋ ਤੁਸੀਂ, ਹੁਣ ਇਹ ਤੁਹਾਨੂੰ ਪਤਾ ਹੁਣ ਉਹਨਾਂ ਨੂੰ ਅਗਲੇ ਨੇ ਕੁਰਸੀ ਦਿੱਤੀ ਆ, ਕੁਰਸੀ ਮਿਲ ਜਾਵੇ ਤਾਂ ਬੰਦਾ ਫਿਰ, ਤੁਹਾਨੂੰ ਪਤਾ ਹੀ ਆ ਕੁਰਸੀ ਚੀਜ਼ ਹੀ ਇੱਦਾਂ ਦੀ ਹੈ ਹੈ ਨਾ। ਹੁਣ ਤਾਂ ਉਹ ਜ਼ਿਆਦਾ ਪਤਾ ਉਹਨੂੰ ਕੁਰਸੀ ਮਿਲ ਗਈ, ਹੁਣ ਉਦੋਂ ਗੱਲ ਹੋਰ ਸੀ। ਉਹ ਸੱਤਾ 'ਚ ਆਉਣ ਤੋਂ ਪਹਿਲਾਂ ਸੱਤਾ ਇੱਕ ਨਸ਼ਾ ਵਾ, ਹਾਂਜੀ ਇਹ ਨਸ਼ਾ ਸ਼ਰਾਬ ਦਾ ਲੈ ਜਾਂਦਾ, ਸੱਤਾ ਦਾ ਨਸ਼ਾ ਉਦੋਂ ਲੈਂਦਾ ਜਦੋਂ ਕੁਰਸੀ ਤੋਂ ਥੱਲੇ ਜਾਂਦੀ ਹੈ। ਧੰਨਵਾਦ ਵੀਰ ਜੀ ਨੇ ਬੜੇ ਥੋੜ੍ਹੇ ਸਮੇਂ 'ਚ ਬੜੀਆਂ ਵਧੇਰੇ ਜਾਣਕਾਰੀਆਂ ਦਿੱਤੀਆਂ। ਸੋ ਇਹੋ ਜਿਹੀਆਂ ਹੋਰ ਵੀ ਬੇਅੰਤ ਸ਼ਖਸੀਅਤਾਂ ਆਉਂਦੀਆਂ, ਉਹਨਾਂ ਨੂੰ ਆਪ ਜੀ ਦੇ ਰੂਬਰੂ ਕਰਦੇ ਰਹਾਂਗੇ। ਦਿਓ ਆ ਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।